ਰਹੀ ਸੀਗੀ ਖੜੇ ਸੀ ਉੱਥੇ ਅਸੀਂ ਉਹਨੇ ਮੇਰੀ ਛਾਲ ਖਿੱਚੀ ਜਿਹੜੇ ਮੇਰੇ ਨਾਲ ਸੀਗੇ ਉਹਨਾਂ ਨੇ ਮੇਰੀ ਬਾਂਹ ਖਿੱਚੀ ਮੈਨੂੰ ਬਚਾਉਣ ਵਾਸਤੇ ਉਹਨਾਂ ਨੇ ਮੈਨੂੰ ਢਾਹ ਲਿਆ ਉਹਨੇ 20-25 ਮਿੰਟ ਉਹਨੇ ਮੈਨੂੰ ਛੱਡਿਆ ਨਹੀਂ ਐਂ ਸੀਗਾ ਕਿ ਮੇਰੀ ਜਾਨ ਨਿਕਲ ਜੂਗੀ ਪਰ ਮੇਰੇ ਸਾਰੇ ਕਰਤਾਰਪੁਰ ਦੇ ਸਾਰੇ ਖੜੇ ਹੋ ਗਏ ਇਹਨਾਂ ਨੇ ਆਵਾਜ਼ਾਂ ਮਾਰ ਮਾਰ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ ਉਹਨਾਂ ਨੇ ਗੰਡਾਸਾ ਮਾਰਿਆ ਡੰਡਾ ਮਾਰਿਆ ਨਹੀਂ ਹਟੀ ਫਿਰ ਉਹਨਾਂ ਨੇ ਟਰੈਕਟਰ ਲਿਆ ਕੇ ਫਿਰ ਟਰੈਕਟਰ ਨਾਲ ਬੰਨੀ ਉਹ ਫਿਰ ਵੀ ਨਹੀਂ ਹੱਥੇ ਆਈ ਫਿਰ ਬਹੁਤ ਮੁਸ਼ਕਿਲ ਨਾਲ ਹੱਥੇ ਬੰਨੀ ਉਹ ਬਹੂ ਰਾਣੀ ਇਹਨਾਂ ਦੀ ਉਹਨੇ ਮੈਨੂੰ ਥੱਲੋਂ ਖਿੱਚਿਆ ਮੈਨੂੰ ਪਤਾ ਨਹੀਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਪਤਾ ਨਹੀਂ ਜੀ ਅਸੀਂ ਤਾਂ ਜਾ ਰਹੇ ਸੀ ਖੜੀ ਸੀਗੀ ਚੁੱਪ ਕਰਕੇ ਸਾਨੂੰ ਨਹੀਂ ਪਤਾ ਉਹ ਕਿਸੇ ਦੀ ਹੈਗੀ ਸੀ ਕਿ ਨਹੀਂ ਹੈਗੀ ਸੀ ਇਹ ਮੈਨੂੰ ਨਹੀਂ ਪਤਾ ਜੀ ਕਿਉਂਕਿ ਅਸੀਂ ਇੰਨਾ ਡੰਗਰ ਦਾ ਕੋਈ ਜਾਣਦੇ ਨਹੀਂ ਅਸੀਂ ਜਾਣਦੇ ਨਹੀਂ ਸੀਗੇ ਹਾਂਜੀ ਹੋਰ ਕੁਛ ਨਹੀਂ ਜੀ ਕੀ ਨਾਮ ਹਾਂਜੀ ਸ਼ਿੰਦਰਪਾਲ ਕੌਰ ਹੈ ਸ਼ਿੰਦਰਪਾਲ ਜੀ ਤੁਸੀਂ ਉੱਥੇ ਦੇਖਿਆ ਸੀ ਹਾਂਜੀ ਨਾਲ ਹੀ ਸੀ ਜੀ ਅਸੀਂ ਦੋ ਜਣੀਆਂ ਗਲੀ 'ਚ ਤੁਰੀਆਂ ਜਾਂਦੀਆਂ ਸੀਗੀਆਂ ਤੇ ਉਹ ਵੀ ਖੜੀ ਸੀਗੀ ਗਊ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਸਾਨੂੰ ਮਾਰੂਗੀ ਅਸੀਂ ਲਵਣ ਜੀ ਲੰਘਣ ਲੱਗੇ ਸਾਡੇ ਪਿੱਛੇ ਪੈ ਗਈ ਉਹ ਪਿੱਛੇ ਪੈਣ ਨਾਲ ਤੇ ਪਹਿਲਾਂ ਮੇਰੇ ਕੰਨੀ ਆਈ ਤੇ ਮੈਂ ਤਾਂ ਪਿੱਛੇ ਨੂੰ ਹੋ ਕੇ ਇਹਨਾਂ ਦੀ ਬਾਂਹ ਫੜੀ ਬਾਂਹ ਫੜਨ ਨਾਲ ਤੇ ਮੈਂ ਇੱਥੋਂ ਚੱਕ ਕੇ ਲੈ ਗਈ ਚੱਕ ਕੇ ਲੈ ਕੇ ਇਹਨੂੰ ਮੁੱਧਾ ਡੇਗ ਲਿਆ ਉਹਦੇ ਉੱਪਰ ਹੀ ਖੜ ਗਈ ਉੱਪਰ ਹੀ ਖੜ ਕੇ ਉਹਦੇ ਬੁਰਕ ਵੱਢੀ ਗਈ ਪੈਰ ਮਾਰੀ ਗਈ ਢੂਹੀ ਤੇ ਫਿਰ ਮੈਂ ਬਹੁਤ ਰੌਲਾ ਪਾਇਆ ਤੇ ਫਿਰ ਆਪਣੇ ਬੱਚੇ ਮੁੰਡੇ ਆਏ ਮੁੰਡਿਆਂ ਨੇ ਬਹੁਤ ਸੋਟੀਆਂ ਮਾਰੀਆਂ ਸੋਟੀਆਂ ਟੁੱਟ ਗਈਆਂ ਤੇ ਫਿਰ ਟਰੈਕਟਰ ਲੈ ਕੇ ਆਏ ਨੇ ਫਿਰ ਉਹਦੀ ਜਾਨ ਛਡਾਈ ਹੈ ਤੇ ਨਹੀਂ ਤਾਂ ਉਹ ਮਾਰ ਹੀ ਦਿੰਦੀ ਛੱਡਦੀ ਨਹੀਂ ਸੀਗੀ ਅਵਾਰਾ ਪਸ਼ੂ ਸੀ ਅਵਾਰਾ ਗਊ ਸੀਗੀ ਕਿਸੇ ਦੀ ਕੀ ਉਹ ਹਲਕਾ ਆਈ ਹੋਈ ਸੀ ਨਹੀਂ ਇਹ ਕੋਈ ਪਤਾ ਨਹੀਂ ਗਾ ਹੁਣ ਵੈਸੇ ਜਦੋਂ ਕੱਲ ਕਿਸੇ ਨੇ ਬੱਚਾ ਨੇ ਉਹ ਫਿਰ ਬੰਨ ਲਈ ਦੀ ਟਰੈਕਟਰ ਨਾਲ ਬੰਨ ਕੇ ਰੱਖੀ ਸਾਰੀ ਰਾਤ ਤੇ ਉਹ ਉਹਨਾਂ ਨੂੰ ਕੁਛ ਨਹੀਂ ਕਿਹਾ ਤੇ ਸਾਡੇ ਬਾਅਦ ਹੀ ਪੈ ਗਈ ਸੀ ਉਹ ਬੱਚਿਆਂ ਨੂੰ ਖੈਰ ਸਾਨੂੰ ਬਹੁਤ ਹੈ ਵੀ ਜਿਹੜੇ ਡੰਗਰ ਬਾਹਰ ਫਿਰਦੇ ਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਬੰਨ ਕੇ ਰੱਖਣਾ ਚਾਹੀਦਾ ਪ੍ਰਸ਼ਾਸਨ ਨੂੰ ਹਾਂਜੀ ਉਹਨਾਂ ਨੂੰ ਇਹ ਕਹਿਣਾ ਜੀ ਜਿਹੜੇ ਗਊਸ਼ਾਲਾ ਬਣਾਈਆਂ ਨੇ ਜੀ ਉਹਨਾਂ ਨੂੰ ਕਹਿਣਾ ਚਾਹੀਦਾ ਜੀ ਵੀ ਆਪਦੇ ਪਸ਼ੂ ਨੇ ਜਿਹੜੇ ਬਾਹਰ ਫਿਰਦੇ ਨੇ ਉਹਨਾਂ ਨੂੰ ਆਪਦੇ ਸੰਭਾਲਣਾ ਚਾਹੀਦਾ ਤੇ ਸਾਨੂੰ ਬਹੁਤ ਨੁਕਸਾਨ ਹੈ ਸਾਡੇ ਬੱਚਿਆਂ ਨੂੰ ਵੀ ਨੁਕਸਾਨ ਹੈ ਤੇ ਸੜਕਾਂ ਦੇ ਵੀ ਬਹੁਤ ਹਾਸੇ ਹੁੰਦੇ ਨੇ ਇਸ ਤਰ੍ਹਾਂ ਦੇ ਤੇ ਉਹਨਾਂ ਨੂੰ ਜ਼ਰੂਰੀ ਕਹਿੰਦੇ ਹਾਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਇਹਨਾਂ ਬਾਰੇ